ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਇਸ ਸੈਗਮੈਂਟ ਵਿੱਚ ਅੱਜ ਇਸ ਫੈਸ਼ਨ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਰਪ੍ਰੀਤ ਪਟੇਲ ਹਨ ਜਿਹੜੇ ਕਿ ਇੱਕ ਵਿਡਿੰਗ ਪਲੈਨਰ ਹਨ ਅਤੇ ਇਹ ਜਿਸ ਤਰੀਕੇ ਨਾਲ ਅੱਜ ਜੋ ਰੁਝਾਨ ਚੱਲ ਰਿਹਾ ਹੈ ਉਸ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਕਿ ਕਿਸ ਤਰੀਕੇ ਨਾਲ ਵਿਡਿੰਗ ਜੋ ਹੈ ਚੰਗੇ ਤਰੀਕੇ ਨਾਲ ਕਾਮਯਾਬ ਹੋ ਸਕੇ ਨਾਲ ਹੀ 8 ਫਰਵਰੀ ਨੂੰ ਇੱਕ ਬਹੁਤ ਵੱਡਾ ਐਕਸਪੋ ਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਤੇ ਬਹੁਤ ਵੱਡੀਆਂ ਕੰਪਨੀਆਂਜ਼ ਵੀ ਪਾਰਟਿਸਿਪੇਟ ਕਰ ਰਹੀਆਂ ਨੇ ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਹਰਪ੍ਰੀਤ ਪਟੇਲ ਵੈਲਕਮ ਟੂ ਦ ਪ੍ਰੋਗਰਾਮ ਥੈਂਕ ਯੂ ਵੈਰੀ ਮੱਚ ਥੈਂਕ ਯੂ ਸੋ ਵੈਡਿੰਗ ਪਲੈਨਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਥੋੜਾ ਜਿਹਾ ਉਸ ਸੰਬੰਧ ਵਿੱਚ ਦੱਸੋ ਆਪਣੀ ਕਮਿਊਨਿਟੀ ਦੇ ਵਿੱਚ ਇਹ ਟ੍ਰੈਂਡ ਕਿੰਨਾ ਕੁ ਸਮੇਂ ਮਜ਼ਬੂਤ ਹੋ ਰਿਹਾ ਹੈ ਹੁਣ ਪਿਛਲੇ 2-3 ਸਾਲਾਂ ਦੇ ਵਿੱਚ ਆਮ ਬਹੁਤ ਜਿਹੜੀ ਫੈਮਲੀਜ਼ ਆ ਉਹ ਬਹੁਤ ਪੈਸਾ ਖਰਚਦੇ ਆ ਡੈਸਟੀਨੇਸ਼ਨ ਵੈਡਿੰਗਸ ਅੰਦਰ ਆ ਗਏ ਆ ਹੁਣ ਸੋ ਲੋਕ ਮੰਗਦੇ ਆ ਪੇ ਅਸੀਂ ਇੰਜੋਏ ਕਰੀਏ ਫੰਕਸ਼ਨ ਸੋ ਹੁਣ ਜਿਹੜੀ ਇਵੈਂਟ ਪਲੈਨਿੰਗ ਕੰਪਨੀ ਆ ਸੀ ਕਿ ਆਉਂਦੇ ਆ ਅੰਦਰ ਵੀ ਐਕਚੁਅਲੀ ਪੇਜ ਦਾ ਵੀ ਅਲਾਉ family nu enjoy karna ji so that way assi sara jada stress hunda hai vyah da byada, ਫਰੀ ਫੰਕਸ਼ਨ ਮਾਇਆ ਸਾਰਾ ਕੁਝ ਅਸੀਂ ਲੈ ਲੈਂਦੇ ਆ ਸੋ ਤਾਂ ਤੁਸੀਂ ਸਾਰਾ ਕੁਝ ਇੰਜੋਏ ਕਰਨਾ ਸਾਰੇ ਫੰਕਸ਼ਨ ਸੋ ਤੁਸੀਂ ਉਸ ਦਾ ਕਨਸੈਪਚੁਅਲਾਈਜ਼ ਕਰਦੇ ਹੋ ਉਸ ਚੀਜ਼ ਨੂੰ ਕਿ ਡਿਫਰੈਂਟ ਤਰੀਕੇ ਨਾਲ ਸਿਟਿੰਗ ਵਿਦ ਅ ਕਲਾਇੰਟ ਕਿ ਕੀ ਕਹਿ ਰਹੇ ਹਨ ਹਾਂਜੀ ਯਾ ਸੋ ਜਿਹੜਾ ਡਿਫਰੈਂਟ ਪੈਕੇजेस ਹੁੰਦੇ ਆ ਜਾਂ ਤਾਂ ਅਸੀਂ ਮੰਗਦੇ ਆ ਤੇ ਅਸੀਂ ਪੂਰਾ ਤੁਹਾਡੇ ਪਲਾਨ ਕਰੀਏ ਜਿਹੜੇ ਲੋਕ ਜਿੱਦਾਂ ਜਾਣਦੇ ਨਹੀਂ ਵੈਂਡਰਾਂ ਨੂੰ ਕਿ ਕਿਹਨਾਂ ਨੂੰ ਹਾਇਰ ਕਰਨਾ ਆ ਉਹ ਫਿਰ ਅਸੀਂ ਪਹਿਲਾਂ ਤੋਂ ਹੀ ਸ਼ੁਰੂ ਕਰਨਾ ਫਿਰ ਤੁਹਾਣਾ ਜਦੋਂ ਤੁਹਾਡੀ ਇੰਗੇਜਮੈਂਟ ਹੋਣੀ ਅੰਟਿਲ ધ ਰਿਸੈਪਸ਼ਨ ਐਂਡ ओके ਸੋ ਲੈਟਸ ਗਿਵ ਮੀ ਐਨ ਐਗਜ਼ਾਮਪਲ ਫੋਰ ਐਗਜ਼ਾਮਪਲ ਤੁਸੀਂ ਕਿਆ ਮਾਇਆਂ ਤੋਂ ਲੈ ਕੇ ਜਿੰਨੇ ਵੀ ਪ੍ਰੋਗਰਾਮਸ ਨੇ ਤੁਸੀਂ ਬੈਠ ਕੇ ਗੱਲਬਾਤ ਕਰਦੇ ਹੋ ਸੋ ਵਾਟ ਡਿਫਰੈਂਸ ਇਜ਼ देयर ਕਿਉਂਕਿ ਵਿਆਹ ਕਰਾਣਾ ਹੈ ਤਾਂ ਸਾਨੂੰ ਪਤਾ ਹੈ ਜੀ ਕਿ ਜਿਸ ਤਰ੍ਹਾਂ ਦਾ ਇੱਕ ਟ੍ਰੈਡੀਸ਼ਨ ਚੱਲ ਰਹੀ ਹੈ ਉਸ ਤਰ੍ਹਾਂ ਹੀ ਅਸੀਂ ਆਪ ਕਰ ਸਕਨੇ ਆ ਸੋ ਉੱਥੇ ਤੁਹਾਡਾ ਜਿਹੜਾ ਹਨਰ ਹੈਗਾ ਤੁਹਾਡੀ ਸਕਿਲਸ ਉਹ ਕਿਵੇਂ ਫਰਕ ਹੁੰਦੀਆਂ ਨੇ ਤਾਂ ਉਹਦਾ ਕੀ ਡਿਫਰੈਂਸ ਕੀ ਨਜ਼ਰ ਆਉਂਦਾ ਹੈ ਡਿਫਰੈਂਸ ਬਹੁਤ ਹੁੰਦਾ ਆ ਜੇ ਸਟ੍ਰੈਸ ਲੈਵਲ your mm -hmm. stress level metric lines there it's very low okay your stress level jide karde ya بیا of course everyone بیاਤਾ sare karde sare nu pata hai pe ki karna hai par jadi stress level tusi lani apne upar mummy daddy siblings they don't enjoy oh mm -hmm. you know wandering pe catering a gaya ya dj a gaya ya sara kuch ode waste hun je tusi sanu hire karna aya tusi paki sara enjoy karna ta sara stress is on us okay ਨਹੀਂ ਕਿ ਜਦੋਂ ਅਸੀਂ ਕਹਿੰਨੇ ਕੁਝ ਟ੍ਰੈਡੀਸ਼ਨਲ ਜਿਹੜੀਆਂ ਨੇ ਉਹਨੂੰ ਅਸੀਂ ਫਾਲੋ ਕਰਨਾ ਹੈ ਇੱਥੋਂ ਦੇ ਪੇਰੈਂਟਸ ਜਿਹੜੇ ਨੇ ਉਹਨਾਂ ਦੀ ਆਪਣੀ ਸੋਚ ਹੈ ਬੱਚਿਆਂ ਦੀ ਆਪਣੀ ਸੋਚ ਹੈ ਸੋ ਹਾਊ ਡੂ ਯੂ ਮਿਕਸ ਇਟ ਅਪ ਆਈ ਆਲਵੇਸ ਲਾਈਕ ਟੂ ਹਮ ਹੈਵ ਦ ਬੋਥ ਫੈਮਿਲੀਜ਼ ਐਸ ਵੈਲ ਐਜ਼ ਦ ਕਪਲ ਵਿਦ ਮੀ ਸੋ ਇਦਾਂ ਬੈਟਰ ਆ ਕੋਈ ਕਪਲ ਇਦਾਂ ਬਿਕੰਦੇ ਪੈ ਯੂ نو ਸਾਡਾ ਵਿਆਹ ਆਸੀਂ ਖਰਚ ਨੇ ਪਾਸੇ ਪਰ ਤੁਹਾਨੂੰ ਇਦਾਂ ਨਹੀਂ ਪਤਾ ਲੱਗਦਾ ਪਰ ਤੁਹਾਡੀ ਮੰਮੀ ਡੈਡੀ ਨੇ ਹਮ ਜਦੋਂ ਤੇ ਤੁਸੀਂ ਬੋਣਿਆ ਦੇਵ ਬੀਨ ਥਿੰਕਿੰਗ ਆਫ ਦਿਸ ਡੇ ਰਾਈਟ ਸੋ ਯੂ ਨੀਡ ਟੂ At least put a little bit of their dreams into the wedding as well. Mm -hmm. So then, the meeting, puti kardia, sorry, families together. Uh, mm -hmm. For me, sometimes I take the side of the parents, but you mm -hmm. know, at the hora because certain customs Je. doesn't matter how modern you are. Certain customs, si traditional wedding karnia, you have to follow. E, traditions is eastern culture, jette jetho usi ਉਹ ਸੰਸਕਾਰ ਹੋ ਜਏ ਹੈਗੇ ਨੇ ਸਾਡੇ ਸਾਡੇ ਪੇਰੈਂਟਸ ਨੇ ਗ੍ਰੈਂਡਪੇਰੈਂਟਸ ਨੇ ਉਤੋਂ ਅਸੀਂ ਸਿੱਖਿਆ ਅੱਗੇ ਅਸੀਂ ਇਸ ਨੂੰ ਕੰਟੀਨਿਊ ਕਰ ਰਹੇ ਹਾਂ ਇੱਥੇ ਵੈਸਟਰਨ ਕਲਚਰ ਜਿਹੜਾ ਹੈਗਾ ਓਵਰ ધ ইयर्स ਜਿਸ ਤਰ੍ਹਾਂ ਤੁਸੀਂ ਕਹਿਆ 2-3 ਸਾਲਾਂ ਤੋਂ ਚੇਂਜ ਆ ਰਿਹਾ ਹੈ ਤਾਂ ਕੀ ਵੈਸਟਰਨ ਜੋ ਇੱਕ ਇਨਫਲੂਐਂਸ ਹੈ ਉਹ ਵਧ ਰਿਹਾ ਹੈਗਾ ਇਹਨਾਂ ਵਿਆਹਾਂ ਦੇ ਵਿੱਚ ਮੈਨੂੰ ਲੱਗਦਾ ਵਧ ਰਿਹਾ ਆ ਹੁਣ ਆਮ ਥੋੜੀਆਂ ਜਿਹੀ ਚੀਜ਼ਾਂ ਜਿਦਾਂ ਜਦੋਂ ਵਿਦਾਈ ਸੈਰਮੋਨੀ ਹੁੰਦੀ ਆ ਜਦੋਂ ਕੁੜੀ ਹੁੰਦੀ ਆ ਮੰਮੀ ਹੁਣ ਆਪਣੇ ਇਨ-ਲਾਜ਼ ਦੇ ਘਰ ਨੂੰ ਉਹ ਜਿਹਦਾ ਹਾਲ ਹੈ ਜਿਹਦਾ ਸਾਰਿਆਂ ਨੂੰ ਪਤਾ ਆ ਪਰ ਜਿਹਦਾ ਮੋਸਟਲੀ ਉਹਨਾਂ ਨੂੰ ਪਤਾ ਨਹੀਂ ਪਏ ਅਸੀਂ ਕਾਤੇ ਕਰਦੇ ਆ ਉਹਨਾਂ ਇਦਾਂ ਹੀ ਪਤਾ ਪਏ ਉਹ ਸਾਡੇ ਸ਼ੂ ਨਾਲ ਆ ਜਾਣ ਔਰ ਤੁਹਾਨੂੰ ਪੈਸੇ ਮਿਲਨੇ ਆਸਲ ਵਿੱਚ ਉਹਨਾਂ ਨੂੰ ਜਿੱਦਾਂ ਗੂੜੀ ਨਹੀਂ ਪਤਾ ਹੈਗਾ ਪਏ ਇਹ ਅਸੀਂ ਟ੍ਰੈਡੀਸ਼ਨ ਕਾਤੇ ਕਰਦੇ ਆ ਕੋਈ ਲੋਕ ਇਦਾਂ ਵੀ ਕਹਿੰਦੇ ਪਏ ਟਾਈਮ ਸੇਵ ਕਰਨ ਲਈ ਪਏ ਹੁਣ ਅਸੀਂ ਰਿਸੈਪਸ਼ਨ ਨੂੰ ਜਾਣਾ ਆ ਉਹ ਅਸੀਂ ਕੱਟ ਲਈ ਹੈ ਹਮ ਹਮ सो व्हेन आई थिंक स्लोली मेबी अगले 5 10 साल आ ले मेबी थोड़ी जी और चीज चेंज होना पनिया इंडिया विच ता जी बहुत बड़ी एक मल्टी मिलियन डॉलर इंडस्ट्री है जी जे वेडिंग प्लानर्स दी जो उसी गल करदे हां इथे है जी इट इज पिकिंग अप पेस पैसे खर्च दे जो उसी गल करने कि एक आम ब्याह जे किसी ने कराने दे जेकर किसी वेडिंग प्लानर तो लेना है कि बहुत ज्यादा फर्क होता है जी कि इज इट बेरेबल इट्स बेरेबल ओके या जिदा जे तुसी इत्ता सोचो पर आम ब्याह या हुंदा या नॉट ओवर द टॉप नॉट मेडियोकर at least 120 thousand to see look at kardeya je kapre bhi you know bahut mehenge ho gaye hain dj's makeup hair sara kuch pak hai je tu stress la nahi wedding planner the um jo the unne andarona oh stress jehdi tho to leni hai unne ji there is no price for that uh -huh. if really helps so kapdeyan to leke utthe designing us to baad kede kede ceremonies karni hai eh sab kuch tusi karde ho ha ji ओके दैट्स इंटरेस्टिंग ओके हुन एक ट्रेंड ਜਿਹੜਾ ਹੈਗਾ ਜਿਸ ਤਰ੍ਹਾਂ ਅਸੀਂ ਕਹਿੰਨੇ ਕਿ ਜਦੋਂ ਮੈਰਿਜ ਦੇ ਦੌਰਾਨ ਪਹਿਲਾਂ ਸੂਟ ਪਾ ਕੇ ਜਿਹੜਾ ਲੜਕਾ ਹੁੰਦਾ ਸੀ ਜਾਇਆ ਕਰਦੇ ਸੀ ਪਾਜਕਲ ਸ਼ੇਰਵਾਨੀ ਦਾ கான்ਸੈਪਟ ਚੱਲ ਰਿਹਾ ਹੈਗਾ ਤਾਂ ਇਹਨਾਂ ਵਿੱਚ ਵੀ ਤੁਸੀਂ ਕੁਝ ਆਪਣੀ ਸੁਜੈਸ਼ਨਸ ਵਗੈਰਾ ਦੇ ਦਿੰਦੇ ਹੋ ਕਿ ਜੀ ਕੁਝ ਬ੍ਰਾਈਡ ਨੇ ਕੀ ਪਾਣਾ ਹੈ ਤੇ ਬ੍ਰਾਈਡ ਗਰੂਮ ਨੇ ਕੀ ਪਾਣਾ ਹੈ ਜਾਂ ਜਿਹੜਾ ਟ੍ਰੈਂਡ ਚੱਲ ਰਿਹਾ ਉਸ ਨੂੰ ਹੀ ਚਲਾਂਦੇ ਆ ਯੂਜੂਲੀ ਉਹਦੇ ਵਿੱਚ ਜਿਹੜਾ ਟ੍ਰੈਂਡ ਚੱਲ ਰਿਹਾ ਉਹ ਆਮ ਜੇ ਅਸੀਂ ਜਿੱਦ ਜੈ ਕੁਰੀ ਨੂੰ ਜਿੱਦ ਪਤਾ ਨਹੀਂ ਹੁੰਦਾ ਪਿਆ ਅਸੀਂ ਕੀ ਕਿਹੜੀ ਸਟੋਰਾਂ ਨੂੰ ਜਾਣਾ ਉਸ ਲਈ ਅਸੀਂ ਤੁਹਾਨੂੰ ਦੱਸੂਗੇ ਪਰ ਓਕੇ ਯੂ نو ਜੇ ਤੁਹਾਡੀ ਬਜਟ ਐ ਨਾਇਆ ਯੂ ਗੋ ਟੂ ਦ ਸਟੋਰ অর ਯੂ نو ਦਿਸ ਫੈਸ਼ਨ ਹਾਊਸ ਇਦਾਂ ਬਟ ਜੀ ਮੋਸਟਲੀ ਬਰਾਇਡਾ ਨੂੰ ਪਤਾ ਹੁੰਦਾ ਪਿਆ ਅਸੀਂ ਕੀ ਪੋਣਾ ਆ ਐਂਡ ਉਹ ਚੂਜ਼ ਕਰਦੇ ਪੈ ਗਰੂਮ ਨੇ ਕੀ ਪੋਣਾ ਆ ਉਸ ਦੇ ਨਾਲ ਹੁਣ ਇੱਕ ਜਿਸ ਤਰ੍ਹਾਂ ਇੱਕ ਟ੍ਰੈਂਡ ਇਹ ਵੀ ਚੱਲ ਰਿਹਾ ਹੈ ਕਿ ਵਿਡਿੰਗ ਐਕਸਪੋਸ ਬਹੁਤ سارے ਚੱਲ ਰਹੇ ਹਨ ਜਿਸ ਦੇ ਚੱਕੇ ਵੱਖਰੀ ਵੱਖਰੀ ਕੰਪਨੀਆਂ ਆ ਕੇ ਅੱਗੇ ਦੱਸਦੀਆਂ ਨੇ ਕਿ ਜੀ ਇਹ ਸਾਡੇ ਕੋਲ ਹੈਗਾ ਤੁਸੀਂ ਇਹ ਕਰੋ ਉਹ ਕਰੋ ਮਾਰਕੀਟ ਦੇ ਵਿੱਚ ਇਨਫਲੂਐਂਸ ਬਹੁਤ ਹੈ ਕੰਜ਼ਿਊਮਰਿਜ਼ਮ ਦਾ ਜੋ ਅਸੀਂ ਦੇਖਦੇ ਹਾਂ ਐਡਵਰਟਾਈਜ਼ਮੈਂਟਸ ਤੇ that is what we try to follow also so ਹੁਣ ਇੱਕ 8 ਫਰਵਰੀ ਨੂੰ ਤੁਸੀਂ ਕਰਵਾ ਰਹੇ ਹੋ ਇੱਕ ਬਹੁਤ ਵੱਡਾ ਐਕਸਪੋ ਕਰਵਾ ਰਹੇ ਹੋ ਉਹਦੇ ਬਾਰੇ ਸਾਨੂੰ ਦੱਸੋ ਉੱਥੇ ਕੀ ਹੋਏਗਾ ਉਹ ਹੈਗਾ ਰਾਇਲ ਵਿਡਿੰਗ ਐਕਸਪੋ ਉਹ ਆਨ ਕਰਨਾ ਹੈ ਰਾਇਲ ਵਿਡਿੰਗ ਅਮ ਔਰ ਰਾਇਲ ਕਿੰਗ ਪੈਲੇਸ ਜੀ ਦਾ ਰੈਡ ਕਾਰਪਟ ਇਵੈਂਟ ਤਾਂ ਉਹਨਾਂ ਨੇ ਦੋਨਾਂ ਨੇ ਕੋਲਾਬੋਰੇਸ਼ਨ ਕੀਤੀ ਆ ਤੇ ਇੱਕ ਐਕਸਪੋ ਅਸੀਂ ਕਰੀਏ ਜਿਹੜਾ ਹਟ ਕੇ ਆ ਬਾਕੀ ਸਾਰੇ ਵੈਡਿੰਗ ਸ਼ੋਅ ਆ ਨਾਲੋ ਸੋ ਤਾਂ ਹੀ ਉਹਨਾਂ ਨੇ ਵੈਡਿੰਗ ਐਕਸਪੋ ਕਾਲ ਕੀਤਾ ਕਿਉਂਕਿ ਇਟਸ ਵੈਰੀ ਡਿਫਰੈਂਟ ਇਹ ਇਹਨਾਂ ਨੇ ਜਦੋਂ ਮੈਨੂੰ ਅਪਰੋਚ ਕੀਤਾ ਪੇ ਅਮ ਕਮੇਟੀ ਨੂੰ ਪੇ ਸਾਨੂੰ ਹੈਲਪ ਕਰੋ ਯੂ نو ਫਾਈਂਡਿੰਗ ਵੈਂਡਰਸ ਇਦਾਂ ਦੇ ਸੋ ਅਸੀਂ ਜਦੋਂ ਬੈਠੇ ਨਾਲ ਐਂਡ ਦੇਖਣ ਨੂੰ ਅਸੀਂ ਇਦਾਂ ਸੋਚਿਆ ਪਏ ਅਸੀਂ ਇਦਾਂ ਨਹੀਂ ਮੰਗਦੇ ਪਏ ਜਿਹੜੇ ਸਾਰੇ ਵੈਂਡਰ ਆ ਉਹਨਾਂ ਨੂੰ ਅਸੀਂ ਚੂਜ਼ ਕੀਤਾ ਪਏ ਜਿਹੜੇ ਬਰਾਇਡਿੰਗ ਗਰੂਮ ਆ ਉਹ ਕਿਹਨਾਂ ਨੂੰ ਲਾਈਕ ਕਰੋਗੇ ਸੋ ਵੀ ਚੋਸ ਜਿਹੜੇ 엘ੀਟ ਵੈਂਡਰ ਆ ਆਫ ਦ ਸਾਊਥ ਏਸ਼ੀਅਨ ਕਮਿਊਨਿਟੀ ਉਹ ਸਾਰੇ ਕੋਈ ਲੋਕ ਜਿਹਦਾ ਯੂਜੂਲੀ ਵੈਰਿੰਗ ਸ਼ੋ ਕਰਦੇ ਨਹੀਂ ਠੀਕ ਹੈ ਸੋ ਦਿਸ ਵੈਰਿੰਗ ਐਕਸਪੋ ਇਜ਼ ਗਨ ਟੂ ਬੀ ਵਨ ਆਫ ਦ ਬਿਗੇਸਟ ਇਨ ਵੈਂਕੂਵਰ ਐਂਡ ਵੈਰੀ ਡਿਫਰੈਂਟ ਸੋ ਇਜ਼ ਇਟ ਓਨਲੀ ਦੋਜ਼ ਹੂ ਆ ਟੂ ਗੈਟ ਮੈਰੀਡ ਆਰ ਟੂ ਕਮ देयर ਪੇਰੈਂਟਸ ਆਰ ਐਨੀਬਾਡੀ ਕੈਨ ਕਮ ਐਨੀਬਾਡੀ ਕੈਨ ਕਮ ਕਿਉਂਕਿ ਪ look um, you know we have an excuse to have a party mm -hmm. so lot goes from makeup to hair and capre five big fashion houses right. um, big fashion shows happening mm -hmm. so very different but every hour someone different same fashion show every hour. Yeah. So Harpreet, you said trend change is changing, They want to spend it wisely, also. Mm -hmm. But now, Chandni, can if you the information This is going to be a different one. What is the difference? What you find, which mm -hmm. is mm -hmm. mm -hmm. different from the last information can you the Different meaning. Um, we have very good vendors. Both mm -hmm. yeah. market Three exclusive vendors. Um, two lovely ladies, Harp and Shannon from Pink Orchid Studio. Mm -hmm. Oh, you, they are going to be there, doing talking about makeup and doing trials on girls. Mm -hmm. The doja we have an award-winning DJ, DJ Convict, okay. from one of the most sought-after DJ companies, Decibel mm -hmm. Entertainment. G the a uh, very sweet girl, Sheetal gupta mm -hmm. from maharani jewels. Okay. and she is bringing her jewelry there. and let me tell you, it is something you want to see. <laughs> definitely. right. so her kwey information, Instagram, the red carpet events with the sada information Mildinia, and uh, we hope to see you all there. thank you and best wishes. thank you.